ਅੱਜ ਦੀ ਜੋ ਇਹ ਪ੍ਰੈਸ ਕਾਨਫਰੰਸ ਹੈ, ਮੈਂ ਤੁਹਾਡਾ ਸਾਰਿਆਂ ਧੰਨਵਾਦ ਕਰਦਾ ਕਿ ਸਾਰੇ ਪੱਤਰਕਾਰ ਭਰਾ ਇੱਥੇ ਪਹੁੰਚਿਓ ਤੁਸੀਂ ਸਮਾਂ ਕੱਢ ਕੇ, ਕਿਉਂਕਿ ਜੋ ਪਿਛਲੇ ਦਿਨਾਂ ਤੋਂ ਲਗਾਤਾਰ ਤੁਹਾਨੂੰ ਪਤਾ ਕਿ ਪੰਚਾਇਤ ਇਲੈਕਸ਼ਨਾਂ ਚੱਲ ਰਹੀਆਂ ਨੇ ਔਰ ਉਹਦੇ ਲਈ ਬਹੁਤ ਸੰਘਰਸ਼ ਜਿਹੜਾ ਸਾਨੂੰ ਕਰ ਅੱਜ ਦੀ ਜੋ ਇਹ ਪ੍ਰੈਸ ਕਾਨਫਰੰਸ ਹੈ, ਮੈਂ ਤੁਹਾਡਾ ਸਾਰਿਆਂ ਧੰਨਵਾਦ ਕਰਦਾ ਕਿ ਸਾਰੇ ਪੱਤਰਕਾਰ ਭਰਾ ਇੱਥੇ ਪਹੁੰਚਿਓ ਤੁਸੀਂ ਸਮਾਂ ਕੱਢ ਕੇ, ਕਿਉਂਕਿ ਜੋ ਪਿਛਲੇ ਦਿਨਾਂ ਤੋਂ ਲਗਾਤਾਰ ਤੁਹਾਨੂੰ ਪਤਾ ਕਿ ਪੰਚਾਇਤ ਇਲੈਕਸ਼ਨਾਂ ਚੱਲ ਰਹੀਆਂ ਨੇ ਔਰ ਉਹਦੇ ਲਈ ਬਹੁਤ ਸੰਘਰਸ਼ ਜਿਹੜਾ ਸਾਨੂੰ ਕਰਨਾ ਪਿਆ ਔਰ ਕੱਲ੍ਹ ਜਿਹੜੇ ਪੇਪਰ ਜਿਹੜੇ ਸੀਗੇ ਸਕਿਊਰਟਨਿੰਗ ਸੀਗੀ ਔਰ ਉਹਦੇ ਵਿੱਚ ਇਹ ਦੇਖਣ 'ਚ ਆਇਆ ਕਿ ਜਿਹੜੀ ਸਾਡੀਆਂ ਫਾਈਲਾਂ ਜਮ੍ਹਾਂ ਹੋਈਆਂ ਸੀਗੀਆਂ, ਅਸੀਂ ਜਿਹੜਾ ਇੱਥੋਂ ਵਾਲਾ ਬੋਕਰ ਵਾਲਾ ਉਹ ਕਹਿੰਦਾ ਸੀਗਾ ਕਿ ਇਹਨਾਂ ਕੋਲ ਕੈਂਡੀਡੇਟ ਨਹੀਂ ਹੈਗੇ ਔਰ ਮੈਂ ਇਹ ਦੱਸਣਾ ਚਾਹੁੰਦਾ ਕਿ ਮੇਰੇ ਕੋਲ ਪੰਜ ਪੰਜ ਚਾਰ ਚਾਰ ਫਾਈਲਾਂ ਸਰਪੰਚਾਂ ਦੀਆਂ ਭਰੀਆਂ, ਹਰ ਮੈਂਬਰ ਪਿੱਛੇ ਇੱਕ ਇੱਕ ਦੋ ਦੋ ਮੈਂਬਰ ਦੂਜੇ ਭਰੇ ਨਾਲ ਕਵਰਿੰਗ ਔਰ ਕੋਈ ਇਹੋ ਜਿਹਾ ਮੈਂ ਪਿੰਡ ਨਹੀਂ ਛੱਡਿਆ ਜਿੱਥੇ ਪੂਰੀਆਂ ਫਾਈਲਾਂ ਨਾ ਭਰੀਆਂ ਹੋਣ ਔਰ ਈਵਨ ਇਹ ਜਿਹੜਾ ਬੋਕਰ ਵਾਲਾ ਲੀਡਰ ਬਣਿਆ ਫਿਰਦਾ ਇਹਦੇ ਕੋਲ ਪੂਰੇ ਬੰਦੇ ਨਹੀਂ ਖਿਲਾਰੇ ਗਏ, ਮੈਂਬਰ ਨਹੀਂ ਖਿਲਾਰੇ ਗਏ, ਮੈਂਬਰ ਲੱਭਣੇ ਪੈ ਗਏ ਇਹਨੂੰ ਫਿਰ ਵੀ ਨਹੀਂ ਖਿਲਾਰੇ ਗਏ, ਜਿਹਦਾ ਪ੍ਰਤੱਖ ਪ੍ਰਮਾਣ ਆ ਭੁਕਰਾ ਪਿੰਡ ਆ ਜਿੱਥੇ ਮੇਰੇ ਦੋ ਮੈਂਬਰ ਅਨਪੋਜ਼ ਜਿੱਤ ਗਏ, ਜਿੱਥੇ ਕਿਸੇ ਨੇ ਕਾਗਜ਼ ਹੀ ਨਹੀਂ ਭਰੇ ਸਾਹਮਣੇ ਔਰ ਇਸੇ ਤਰ੍ਹਾਂ ਹੱਲੇ ਪਿੰਡ 'ਚ ਸੱਤ ਮੈਂਬਰ ਪੰਚਾਇਤ ਨੇ ਟੋਟਲ, ਚਾਰ ਮੇਰੇ ਅਨਪੋਜ਼ ਉੱਥੇ ਵੀ ਜਿੱਤ ਗਏ, ਇਸੇ ਤਰ੍ਹਾਂ ਬਲੱਗਣੀ ਸੱਤ ਮੈਂਬਰ ਨੇ ਟੋਟਲ, ਚਾਰ ਮੇਰੇ ਉੱਥੇ ਉਸੇ ਤਰ੍ਹਾਂ ਹੀ ਜਿੱਤ ਗਿਆ, ਮਾਨੇਪੁਰ ਪਿੰਡ ਆ ਦੋ ਮੈਂਬਰ ਉੱਥੇ, ਪੰਜ ਟੋਟਲ ਆ, ਦੋ ਅਨਪੋਜ਼ਡ ਉੱਥੇ ਵੀ ਮੇਰੇ ਉੱਦਾਂ ਹੀ ਜਿੱਤ ਗਿਆ। ਸੋ ਇੱਦਾਂ ਦੀ ਲਿਸਟ ਬੜੀ ਲੰਬੀ ਆ ਕਿ ਕਾਫੀ ਪਿੰਡ ਨੇ ਜਿੱਥੇ ਇਲੈਕਸ਼ਨ ਹੁਣ ਨਾ ਵੀ ਕਰਾਉਣ, ਕੋਰਮ ਮੇਰਾ ਪੂਰਾ ਹੋ ਗਿਆ ਔਰ ਮੇਰੇ ਮੈਂਬਰ ਉਹ ਨੇ ਜਿਹੜੇ ਆਰਏ ਚੋਂ ਵੀ ਕੱਢਦੇ ਨਾ ਸਰਕਾਰ ਤੇ ਉਹ ਲਿਫਣ ਵਾਲੇ ਨਹੀਂ। ਸੋ ਇਸ ਕਰਕੇ ਜਿਹੜੇ ਕਹਿੰਦੇ ਸੀ ਵੀ ਇਹਨਾਂ ਕੋਲ ਬੰਦੇ ਨਹੀਂ, ਮੈਂ ਤੇ ਬਿਨਾਂ ਇਲੈਕਸ਼ਨ ਤੋਂ ਮੈਂਬਰ ਜਿੱਤ ਗਏ ਕਿ ਸਾਹਮਣੇ ਤੁਹਾਨੂੰ ਮੇਰੇ ਬੰਦੇ ਨਹੀਂ ਖਿਲਾਰਨੇ ਲੱਭਣੇ ਮੇਰੇ ਬੰਦਿਆਂ ਦੇ। ਸੋ ਇਹ ਤੇ ਇੱਕ ਗੱਲ ਆ, ਦੂਜੀ ਗੱਲ ਜੇ ਇਹਨਾਂ 'ਚ ਦਮ ਸੀ ਤੇ ਇਲੈਕਸ਼ਨ ਫਿਰ ਗਹਿ ਗੱਜ ਕੇ ਲੜਦੇ ਸਾਡੇ ਨਾਲ, ਭੁਕਰੇ ਪਿੰਡ ਦੇ ਕਾਗਜ਼ ਰੱਦ ਕਰਾਏ, ਚੋਰ ਸਿੱਧਵਾਂ ਦੇ ਰੱਦ ਕਰਾਏ, ਹੱਲੇ ਦੇ ਰੱਦ ਕਰਾਏ ਔਰ ਇੱਦਾਂ ਹੀ ਕਈ ਬਲੱਗਣ ਅਲੀ ਸ਼ੇਰ ਮੰਗਲ ਸੈਣ ਕਈ ਪਿੰਡ ਨੇ ਇਸ ਤਰੀਕੇ ਦੇ ਨਾਲ ਜਿਹੜੇ ਇਹਨਾਂ ਨੇ ਕਾਗਜ਼ ਸਾਡੇ ਸਰਪੰਚਾਂ ਦੇ ਚਾਰ ਚਾਰ ਫਾਈਲਾਂ ਜੋ ਕਰਾਰ ਦਿੱਤੀਆਂ ਔਰ ਲੱਖੋਵਾਲ ਰੱਦ ਕਰਾਏ, ਇਹ ਜਿੰਨੇ ਨਾਂ ਲੈ ਰਿਹਾ ਮੇਰਾ ਓਪਨ ਚੈਲੇਂਜ ਆ, ਸਰਪੰਚੀ ਦੀ ਇਲੈਕਸ਼ਨ ਤੋਂ ਬਾਅਦ ਵੀ ਡੱਬਾ ਰੱਖ ਕੇ ਵੇਖ ਲਏ ਮੇਰੇ ਬੰਦਿਆਂ ਨਾਲ ਔਰ ਜਦੋਂ ਮਰਜ਼ੀ ਡੱਬਾ ਰੱਖ ਕੇ ਵੇਖ ਲਏ ਓਪਨਲੀ, ਇਹ ਸਾਰੇ ਮੇਰੇ ਬੰਦੇ ਜਿੱਤਦੇ ਔਰ ਤਕਲੀਫ ਹੋਈ। ਔਰ ਸਭ ਤੋਂ ਵੱਡੀ ਐਗਜ਼ਾਮਪਲ ਹਿਆਤ ਨਗਰ ਪਿੰਡ ਇਹਦਾ ਆਪਦਾ, ਉੱਥੇ ਆਪਾਂ ਚਾਰ ਫਾਈਲਾਂ ਭਰੀਆਂ, ਚਾਰ ਸਰਪੰਚੀ ਦੀਆਂ ਫਾਈਲਾਂ ਭਰੀਆਂ ਤੇ ਸਾਰੇ ਮੈਂਬਰ ਭਰੇ ਤੇ ਸਾਰੇ ਯੋਗ ਕਰਾਰ ਦਿੱਤੇ। ਇਹ ਬਹੁਤਾ ਇੰਟੈਲੀਜੈਂਟ ਆ ਜਿਹੜਾ ਲੋਕਾਂ ਨੇ ਜਿਤਾਇਆ ਨੀ, ਆ ਕਈ ਨੇ ਇਹੋ ਜਿਹੇ, ਮਤਲਬ ਕਿ ਅਸੀਂ ਚਾਰ ਫਾਈਲਾਂ ਭਰੀਆਂ
ਔਰ ਨਾਲ ਮੈਂਬਰ ਭਰੇ ਔਰ ਉਹ ਅਯੋਗ ਕਰਾਰ ਦੇਤੇ। ਜੇ ਤੇਰੇ ਚ ਦਮ ਸੀ ਚੱਲ ਬਾਕੀ ਹਲਕਾ ਸਾਰਾ ਰਿਜੈਕਟ ਕਰਾ ਲੈਂਦਾ, ਹਿਆਤ ਨਗਰ ਤੇ ਨਾ ਕਰਾਉਂਦਾ, ਉੱਥੇ ਮੈਚ ਕਬੱਡੀ ਤੇ ਖੇਡਦੇ। ਪਰ ਨਹੀਂ, ਪਤਾ ਸੀ ਕਰਤੂਤ ਦਾ ਕਿ ਪਿੰਡੋਂ ਵੀ ਨੀ ਜਿੱਤਿਆ ਜਾਣਾ। ਜਿਸ ਪਿੰਡ ਚੋਂ ਮੈਂ ਪਹਿਲੀ ਵਾਰ 550 ਦੀ ਲੀਡ ਨਾਲ ਜਿੱਤਿਆ ਸੀ ਲਗਭਗ, ਉਦੋਂ ਬਾਅਦ ਫੇਰ ਜਿੱਤਿਆ, ਆ ਇਸ ਵਾਰ ਵੀ ਮੇਰੇ ਖਿਆਲ 80 ਵੋਟਾਂ ਦੇ ਨਾਲ ਫਰਕ ਰਹਿ ਗਿਆ। ਸੋ ਉਸ ਪਿੰਡ ਦੇ ਵਿੱਚ ਇਹਨੇ ਆਪਦੀ ਸ਼ਾਖ ਬਚਾਉਣ ਲਈ ਸਾਰੀਆਂ ਹੀ ਕਾਗਜ਼ ਜਿਹੜੇ ਆ ਉਹ ਰੱਦ ਕਰਾ ਦਿੱਤੇ ਆ। ਔਰ ਇਸ ਤਰੀਕੇ ਦੇ ਨਾਲ ਹੋਰ ਬੜੇ ਪਿੰਡ ਨੇ, ਪਰ ਇੱਕ ਆ ਹੁਣੇ ਹੀ ਮੈਂ ਅਬਜ਼ਰਵਰ ਸਾਹਿਬ ਨਾਲ ਵੀ ਗੱਲ ਆ ਜਸਟ 2 ਮਿੰਟ ਪਹਿਲਾਂ ਕਰਕੇ ਹਟਿਆ, ਭੁਪਿੰਦਰ ਸਿੰਘ ਆਰ ਓ ਆ SDO ਸਿਟੀ ਬਿਜਲੀ ਬੋਰਡ ਦਾ। 1 ਵੱਜ ਗਏ ਨੇ, ਅਜੇ ਤੱਕ ਲਿਸਟਾਂ ਨਹੀਂ ਲਾਈਆਂ ਗਈਆਂ ਫਾਈਨਲ ਵੀ ਕੀ ਕਿਹੜੇ ਯੋਗ ਆ ਤੇ ਕਿਹੜੇ ਯੋਗ ਆ। ਮੈਨੂੰ ਇਹ ਪਤਾ ਲੱਗਾ ਕਿ ਉਹਦੇ ਤੇ ਬੜਾ ਪ੍ਰੈਸ਼ਰ ਪਾ ਕੇ ਉਹਦੀਆਂ ਲਿਸਟਾਂ ਚੱਕ ਕੇ ਤੇ ਘਰ ਲੈ ਗਏ ਆ ਵੀ ਇਹਨੂੰ ਜਿੱਦਾਂ ਮਰਜ਼ੀ ਕਰ, ਇਹਦੇ ਚੋਂ ਸਾਰੇ ਰਿਜੈਕਟ ਕਰ ਕਾਗਜ਼। ਅਜੇ ਤੱਕ ਇਹ ਮੈਂ SDM ਸਾਹਿਬ ਦੇ ਧਿਆਨ ਚ, ADC ਜਨਰਲ ਦੇ ਧਿਆਨ ਚ ਵੀ ਲਿਆਤਾ, ਔਰ ਹੁਣੇ ਹੀ ਇਲੈਕਸ਼ਨ ਆਪਣੇ ਅਬਜ਼ਰਵਰ ਡਾਕਟਰ ਅਭਿਨਵ ਤ੍ਰਿਖਾ ਜੀ ਦੇ ਧਿਆਨ ਚ ਵੀ ਲਿਆਤਾ, ਮੈਸੇਜ ਵੀ ਪਾਤਾ SDM ਸਾਹਿਬ ਨੂੰ ਟਾਈਮ ਪਾ ਕੇ। ਸੋ ਮੇਰਾ ਕਹਿਣ ਦਾ ਮਤਲਬ ਇੰਨਾ ਤਰਲੋ ਮੱਛੀ ਹੋਇਆ ਉਦਾਂ ਹੱਥ ਜੋੜ ਦਿੰਦਾ ਕਿ ਪਾੜਾ ਨਾ ਕਰ, ਮੇਰੇ ਪੱਲੇ ਅੱਗੇ ਕੱਖ ਨੀ, ਕਿਉਂ ਮੇਰੀ ਬੇਇੱਜ਼ਤੀ ਕਰਦਾ। ਤੇ ਇਸ ਤਰੀਕੇ ਦੇ ਨਾਲ ਇਹ ਛੋਟੇ ਹੱਥ ਘੰਡਿਆਂ ਤੇ ਆਇਆ। ਔਰ ਇੱਕ RO ਆ ਜੀ ਵਿਪਨ ਕੁਮਾਰ 9 ਨੰਬਰ ਦੇ ਵਿੱਚ ਆ, ਔਰ ਉਹਨੇ ਉਹ ਏਡਾ ਭਲਾ ਮਾਨ ਸਾਰੋ ਨਿਕਲਿਆ, ਉਹਨੇ ਸਾਰੇ ਹੀ ਪਿੰਡ ਯੋਗ ਕਰਾਰ ਦੇ ਦਿੱਤੇ ਮੇਰੇ, ਇਨਕਲੂਡਿੰਗ ਮੈਂਬਰ ਪੰਚਾਇਤ ਤੇ ਸਰਪੰਚ। ਆਹ ਲਿਸਟਾਂ ਨੇ, ਆ ਥੱਲੇ ਜਿਹੜੇ ਦੂਜੇ ਉਹ ਉਹਨਾਂ ਦੇ ਬੰਦੇ ਆ ਉਹ ਯੋਗ ਨੇ, ਤੇ ਜਿਹੜੇ ਮੇਰੇ ਬੰਦੇ ਉਹ ਸਾਰੇ ਅਯੋਗ ਰਿਜੈਕਟ। ਫੜੀ ਕਾਗਜ਼ ਅਯੋਗ ਤੇ ਆ ਅਯੋਗ ਸਾਰੇ, ਆਹ ਦੇਖੋ ਇੱਕ ਵੀ ਜਿਹੜਾ ਉਹ ਯੋਗ ਨਹੀਂ ਆ, ਕਿਉਂਕਿ ਜਾਂ ਤੇ 11 ਪਿੰਡ ਪੜ੍ਹੇ ਲਿਖੇ ਜਾਂ ਨਹੀਂ, ਤੇ ਆਰੋ ਜ਼ਿਆਦਾ ਪੜ੍ਹਿਆ ਲਿਖਿਆ ਨਿਕਲ ਆਇਆ, ਤੇ ਜਿਹੜੇ ਵਕੀਲਾਂ ਨੇ ਭਰ ਭਰ ਕੇ ਬਾਅਦ ਚ ਦਾਦਾ ਵਾਰੀ ਚੈੱਕ ਕੀਤੇ ਵਕੀਲ ਵੀ ਨਲਾਇਕ ਨਿਕਲੇ ਸਾਡੇ। ਬਿਲਕੁਲ ਬਿਲਕੁਲ, ਇਹਦੇ ਚ ਕਈ, ਇਹਦੇ ਚ ਤੁਹਾਨੂੰ ਮੈਂ ਉਹੀ ਗੱਲ ਇੱਕ ਦੱਸਣ ਲੱਗਿਆ, ਹੁਣ ਹਯਾਤ ਨਗਰ ਪਿੰਡ ਆ, ਉੱਥੇ ਸਾਡਾ 1 ਮੈਂਬਰ ਦਾ ਫਾਈਲ ਜਿਹੜੀ ਆ ਯੋਗ ਰੱਖ ਲਈ ਇਕੱਲੇ ਦੀ, ਉਸੇ ਪੰਚਾਇਤ ਹਾਂਜੀ ਉਹ ਵੀ ਕਰਤੀ ਰਿਜੈਕਟ। ਉਹ ਮੈਂ ਸਵੇਰੇ 10 ਜੂ ਬੈਠਾ ਸੀਗਾ ਕਿ ਜਿਹੜਾ 1 ਮੈਂਬਰ ਯੋਗ ਕਰਤਾ ਤੁਸੀਂ, ਉਹਦੇ ਤੇ ਵੀ ਸੈਕਟਰੀ ਦੇ ਉਸੇ ਦੇ ਸਾਈਨ, ਤੇ ਬਾਕੀ ਫਾਈਲਾਂ ਤੇ ਓਬਜੈਕਸ਼ਨ ਇਹ ਲਾਇਆ ਕਿ ਸਾਈਨ ਨੀ ਮਲਾਨ ਖਾਨ ਦੇ, ਤੂੰ 1 ਤੇ ਮਲਾਨ ਖਾਨ ਦੇ। ਮੈਂ ਦੱਸ ਬੈਠਾ ਅਫਸਰਾਂ ਨੂੰ, ਉਹ ਵੀ ਕਹਿੰਦੇ ਕੈਂਸਲ ਕਰਤੇ ਆ, ਉਹ ਚ ਮਰਦੇ ਸੀਗੇ, ਉਹ 1 ਆਪਣੀ ਨਾ ਰਿਜੈਕਟ ਕਰ ਲਈ ਆ। ਚਲੋ ਕੋਈ ਗੱਲ ਨੀ, ਮੇਰਾ ਕਹਿਣ ਦਾ ਮਤਲਬ ਆ ਕਿ ਜਿਹੜੇ ਸਾਈਨਾਂ ਦੇ ਨਾਲ ਫਾਈਲਾਂ ਕਈਆਂ ROs ਨੇ ਸੈਟ ਕੀਤੀਆਂ, ਉਹੋ ਹੀ ਫਾਈਲਾਂ ਦੇ ਨਾਲ ਸਾਈਨਾਂ ਦੇ ਨਾਲ ਇਹਨਾਂ ਨੇ ਕੁਛ ROs ਨੇ ਫਾਈਲਾਂ ਰਿਜੈਕਟ ਕਰਤੀਆਂ, ਜਿਹੜਾ ਕਿ ਮੈਂ ਹਾਈਕੋਰਟ ਵੀ ਇਹਦਾ ਅੱਜ ਹੀ ਗੱਲ ਕਰਕੇ ਤੇ ਜਲਦੀ ਰਿਟ ਵੀ ਪਾਵਾਂਗਾ। ਔਰ ਦੂਜੀ ਗੱਲ, ਕਿਸੇ ਵੀ ਲਗਭਗ ਮੇਰੇ ਖਿਆਲ ਫਾਰਮ ਇੱਥੇ ਸਾਰੇ ਪਏ ਆ, ਸਾਰਿਆਂ ਤੇ ਓਬਜੈਕਸ਼ਨ ਕੀ ਆ, ਚੁੱਲ੍ਹਾ ਟੈਕਸ ਦੇ ਸੈਕਟਰੀ ਨਾਲ ਸਾਈਨ ਮੇਲ ਨਹੀਂ ਖਾਂਦੇ ਰਸੀਦ ਦੇ, ਐਂਡ ਦੇਰ ਇਜ਼ ਨੋ ਐਨੀ ਅਦਰ ਓਬਜੈਕਸ਼ਨ। ਇੱਕੋ ਹੀ ਓਬਜੈਕਸ਼ਨ ਜਿਹਦੀ 7 ਰੁਪਏ ਸ਼ਾਇਦ ਸਾਲ ਦੀ, 35 ਰੁਪਏ 5 ਸਾਲ ਦੀ ਬਣਦੀ ਆ ਸਿਰਫ, ਔਰ ਉਹਦੇ ਨਾਲ ਹੀ ਬੈਂਕਾਂ ਚ ਵੀ 200-200 ਰੁਪਈਆ ਤਾਰਿਆ, ਤੇ ਚੁੱਲ੍ਹਾ ਟੈਕਸ ਦੀਆਂ ਰਸੀਦਾਂ ਵੀ ਲਾਈਆਂ, ਔਰ ਬਲਾਕ ਦੇ ਕਿਸੇ ਵੀ ਸੈਕਟਰੀ ਕੋਲ ਜਮ੍ਹਾਂ ਹੋ ਜੇ ਸਰਕਾਰ ਨੂੰ ਪੈਸੇ ਚੱਲ ਗਏ, ਤੇ ਉਸੇ ਕਾਰਨ ਇਹਨਾਂ ਨੇ ਉਹ ਗਲਤ ਕਰਕੇ ਤੇ ਸਾਡਾ ਕਹਿਤਾ ਜੀ ਇਹ ਚੁੱਲ੍ਹਾ ਟੈਕਸ ਦੀਆਂ ਰਸੀਦਾਂ ਮਿਲਾਨ ਨਹੀਂ ਖਾਂਦੀਆਂ। ਓਬਜੈਕਸ਼ਨ ਲਾਉਣਾ ਕੋਈ ਤਗੜਾ ਲਾਓ ਕਿ ਫਾਈਲਾਂ ਗਲਤ ਨਹੀਂ, ਐਫੀਡੇਵਿਟ ਹੈ ਨਹੀਂ ਵਿੱਚ, ਉਮੀਦਵਾਰਾਂ ਦੇ ਸਹਿਣ ਹੈ ਨਹੀਂ, ਬਟ ਜਿੰਨੀਆਂ ਮੋਸਟਲੀ ਲਿਸਟਾਂ ਆ ਗਈਆਂ ਲਗਭਗ ਉਹਦੇ ਚ ਇੱਕੋ ਹੀ ਓਬਜੈਕਸ਼ਨ ਆ ਕਿ ਰਸੀਪਟ ਦੇ ਸਾਈਨ ਮਿਲਾਨ ਨਹੀਂ ਖਾਂਦੇ। ਇੱਥੋਂ ਪਤਾ ਲੱਗ ਜਾਂਦਾ ਕਿ ਮਾਲਾਫਾਈਡ ਇੰਟੈਂਸ਼ਨਸ ਦੇ ਨਾਲ ਇਹਨਾਂ ROs ਨੇ ਇਹ ਕੀਤਾ,
ਔਰ ਇੱਥੋਂ ਵੋਕਰ ਵਾਲੇ ਨੇ ਕਰਾਇਆ। ਔਰ ਇਹਦੇ ਵਿੱਚ ਸਭ ਤੋਂ ਅਹਿਮ ਯੋਗਦਾਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਾ ਆ, ਜਿਨ੍ਹਾਂ ਨੇ ਪੂਰੀ ਛਤਰ ਛਾਇਆ ਦਿੱਤੀ, ਜਿਨ੍ਹਾਂ ਨੇ ਪਹਿਲੇ ਦਿਨ ਹੀ ਇੱਥੇ ਜੁਆਇਨਿੰਗ ਤੇ ਕਹਿ ਦਿੱਤਾ ਸੀਗਾ ਕਿ ਮੈਂ ਤੇ ਬਾਈ ਇਲੈਕਸ਼ਨ ਡੇਰਾ ਬਾਬਾ ਨਾਨਕ ਕਰਾਉਣਾ ਆ। ਤੇ ਜਿਹੜਾ ਡਿਪਟੀ ਕਮਿਸ਼ਨਰ ਇਹ ਠੋਕ ਕੇ ਕਹਿ ਦੇ ਕਿ ਮੈਂ ਤੇ ਇਲੈਕਸ਼ਨ ਕਰਕੇ ਆਇਆ ਥੋੜੇ ਚਿਰ ਲਈ, ਤੇ ਬੜੀ ਮਤਲਬ ਉਹਦੇ ਤੋਂ ਤੇ ਮੇਰੇ ਖਿਆਲ ਉਸ ਡਿਪਟੀ ਕਮਿਸ਼ਨਰ ਕੋ ਆਸ ਵੀ ਨਹੀਂ ਰੱਖ ਸਕਦੇ। ਔਰ ਕਈਆਂ ਆਰਓਜ਼ ਨੂੰ ਮੈਂ ਨਾਂ ਨਹੀਂ ਲੈਣਾ, ਦੋ ਤਿੰਨ ਆਰਓਜ਼ ਨੇ ਮੈਨੂੰ ਡਾਇਰੈਕਟਲੀ ਇਹ ਗੱਲ ਕਹੀ ਆ ਕਿ ਸਾਨੂੰ ਡੀਸੀ ਸਾਹਿਬ ਦੇ ਸਿੱਧੇ ਫੋਨ ਆ ਰਹੇ ਆ, ਥਰੈਟ ਆ ਰਿਹਾ ਵੀ ਜੋ ਇੱਥੇ ਰਿਜੈਕਟ ਕਰਨਾ ਸਾਰੇ ਕਰ ਦਿਓ, ਜੋ ਕਰਨਾ ਕਰ ਦਿਓ, ਇੱਥੇ ਕਿਸੇ ਦੀ ਸੁਣਨੀ ਨਹੀਂ ਆ। ਔਰ ਈਵਨ ਚੀਫ ਮਿਨਿਸਟਰ ਆਫਿਸ ਚੋਂ ਵੀ ਸਾਨੂੰ ਫੋਨ ਆ ਰਹੇ ਆ। ਮੈਂ ਕਹਿੰਦਾ ਹੱਦ ਹੋ ਗਈ ਆ ਵੀ ਇੱਕ ਸੀਐਮ ਹਾਊਸ ਤੋਂ ਵੀ ਟੈਲੀਫੋਨ ਤੇ ਡੀਸੀ ਸਾਹਿਬ ਦੇ ਵੀ ਟੈਲੀਫੋਨ ਆਉਣ, ਤੇ ਇਹਦਾ ਮਤਲਬ ਇਹ ਲੀਡਰ ਦੇ ਪੱਲੇ ਕੱਖ ਨਹੀਂ, ਤੂੰ ਰਿਜੈਕਟ ਕਰਾਉਣੇ ਆਪਣੇ ਦਮ ਤੇ ਕਰਾ। ਸੋ ਇਸ ਕਰਕੇ ਇਹ ਆ ਹੁਣ ਜਿਹੜੇ ਪਿੰਡਾਂ ਚ, ਚਲੋ ਮੇਰੇ ਕਈ ਪਿੰਡ ਜਿਹੜੇ ਬਚ ਗਏ ਆ, ਜਿਹੜਾ ਮੈਂ ਧੰਨਵਾਦ ਕਰਦਾ ਅਬਜ਼ਰਵਰ ਸਾਹਿਬ ਤੇ ਇਲੈਕਸ਼ਨ ਕਮਿਸ਼ਨ ਦਾ ਕਿ ਮੈਂ ਜ਼ੋਰ ਜ਼ਾਰ ਪਾ ਕੇ ਕਾਫੀ ਪਿੰਡ ਬਚਾ ਗਿਆ, ਤੇ ਉਹਨਾਂ ਪਿੰਡਾਂ ਚ ਹੁਣ ਇਲੈਕਸ਼ਨ ਰਿਜ਼ਲਟ ਆਉਣਾ ਹੀ ਆ, ਉਹਦੇ ਚ ਵੀ ਤੁਹਾਨੂੰ ਦੱਸ ਦਿਆਂਗੇ ਵੀ ਅਸੀਂ ਕਿੱਥੇ ਖੜੇ ਆ ਤੇ ਇਹ ਕਿੱਥੇ ਖੜਾ। ਅੰਨੇਕੇ ਨੇ ਕਿ ਸਰਪੰਚ ਆ ਮੇਰੇ ਪਿੰਡਾਂ ਦੇ ਆ, ਇੰਦਰਾਵਾਲ ਆ, ਗੁਣੀਆਂ ਆ, ਜੇ ਧੂ ਨਾ ਕੱਢਤਾ ਬੋਕਰ ਵਾਲਿਆਂ ਦਾ ਉਹਨਾਂ ਪਿੰਡਾਂ ਚ ਤੇ ਗੱਲ ਕਰਿਓ, ਉਹ ਬਚ ਗਏ ਆ ਮੇਰੇ। ਸੋ ਇਸ ਕਰਕੇ ਇੱਥੇ ਹੀ ਖੜਾ ਹੋਣਾ। ਆਹ ਖੜਾ ਸਰਵਣ ਸਿੰਘੋਵਾਲ ਤੋਂ, ਇਹਦੇ ਪਿੰਡ ਚ ਬੀ ਡੀ ਪੀ ਓ ਗੁਰਦਾਸਪੁਰ ਦੀ ਭੂਆ ਦਾ ਮੁੰਡਾ ਆ, ਭੂਆ ਦਾ ਮੁੰਡਾ ਉੱਥੇ ਰਹਿੰਦਾ, ਕੀ ਨਾਂ ਉਹਦਾ, ਰਣਜੋਤ ਸਿੰਘ। ਔਰ ਬੀ ਡੀ ਪੀ ਓ ਨੇ ਖੁਦ ਇੱਕ ਅਫਸਰ ਦੀ ਮੌਜੂਦਗੀ ਚ ਆਪਣੇ ਦਫ਼ਤਰ ਚ, ਮੈਂ ਉਹਨੇ ਬੈਠਾ ਸੀਗਾ, ਤਰਲੇ ਲਏ ਮੇਰੇ ਅੱਗੇ, ਪੈਨ ਬੰਦ ਕਰਕੇ ਕਹਿੰਦਾ ਅੰਦਰ ਆਇਓ, ਅੰਦਰ ਜਾ ਕੇ ਤੇ ਮੈਨੂੰ ਕਹਿੰਦਾ ਕਿ ਆਹ ਨਾ ਮੇਰੇ ਕੋਲ ਸਾਈਨ ਕਰਾਇਓ, ਆਹ ਨਾ ਮੇਰੇ ਕੋਲ ਸਾਈਨ ਕਰਾਇਓ। ਮੈਂ ਕਿਹਾ ਚੱਲ ਇਹ ਨਾ ਕਰ। ਫਿਰ ਜਦੋਂ ਇਹ ਆਪ ਗਿਆ ਬੀ ਡੀ ਓ ਕੋ ਬਾਰ ਬਾਰ, ਤੇ ਇਹਨੇ ਉਹਦੀ ਫਾਈਲ ਤੇ ਲਿਖਤਾ ਕਿ ਕੈਸ਼ ਇਨ ਹੈਂਡ 78,900+ ਰੁਪਈਏ ਦੇ ਹੱਲ ਕੱਢ ਤੇ, ਬਿਨਾਂ ਕੋਈ ਚਿੱਠੀ ਪੱਤਰ ਤੋਂ, ਉਹ ਵੀ ਹਾਈਕੋਰਟ ਜਾਣਾ ਹੋਣਾ ਹੀ, ਹਰੇ ਪੈਨ ਨਾਲ ਲਿਖਤਾ ਕਿ 78,000 ਕੋਈ ਕੈਸ਼ ਇਨ ਹੈਂਡ ਆ, ਜਿਹਦਾ ਕੋਈ ਇਹਨੂੰ ਚਿੱਠੀ ਪੱਤਰ ਹੀ ਨਹੀਂ ਅੱਜ ਤੱਕ ਕੱਢਿਆ ਵੀ ਤੇਰੇ ਕੈਸ਼ ਇਨ ਹੈਂਡ ਆ, ਕਿਸੇ ਨੂੰ ਇਟਸ ਟੋਟਲੀ ਨੈਚੁਰਲ ਇਨਜਸਟਿਸ, ਕਿਸੇ ਦੀ ਸੁਣਵਾਈ ਨੀ, ਕੋਈ ਲੈਣਾ ਨੀ ਦੇਣਾ ਨੀ, ਉਹਨੂੰ ਪੈਸੇ ਪਾਤੇ। ਔਰ ਮੈਂ ਇਹਨੂੰ ਕਿਹਾ ਵੀ, ਫਿਰ ਕਿਸੇ ਉੱਚ ਅਧਿਕਾਰੀ ਨੇ ਮੈਨੂੰ ਕਿਹਾ ਕਿ 78,000+ ਰੁਪਈਏ ਨਾ ਤਾਰਿਓ, ਇਹਨਾਂ 2-400 ਉੱਤੇ 500 ਵਿਆਜ ਬਣ ਜਾਣਾ, ਦਿਨ ਦਾ ਰੋਜ਼ ਬਣਦਾ, ਇਹ ਬੜੇ ਥਾਵਾਂ ਤੇ ਇਹ ਵੀ ਕਰ ਰਿਹਾ ਵੀ ਵਿਆਜ ਇਹਦਾ 200 ਰਹਿ ਗਿਆ ਤੇ ਫਿਰ ਰਿਜੈਕਟ ਕਰ ਦੇਣੀ। ਅਸੀਂ ਉਹ ਇਹਦੇ ਕੋਲ 80,000 ਰੁਪਈਆ ਤਰਵਾਇਆ, ਔਰ 80,000 ਤਰਵਾ ਕੇ ਬੀ ਡੀ ਓ ਆਫਿਸ ਫਿਰ ਗਿਆ ਐਨ ਓ ਸੀ ਲੈਣ, ਬੀ ਡੀ ਓ ਫਿਰ ਉੱਠ ਕੇ ਭੱਜ ਗਿਆ। ਉਹ ਦੁਬਾਰਾ ਜਿਹੜੇ ਦਫ਼ਤਰ ਵਾਲੇ ਉਹ ਕਹਿੰਦੇ ਬੀ ਡੀ ਓ ਸਾਹਿਬ ਉਹ 80,000 ਰੁਪਈਆ ਵੀ ਤਾਰਿਆ, ਅਸੀਂ ਕਿੱਦਾਂ ਮਨਾ ਕਰੀਏ, ਇੱਥੇ ਰੌਲਾ ਪੈ ਜਾਣਾ। ਪਰ ਉਹ ਭੱਜ ਗਿਆ ਉੱਠ ਕੇ, ਅਗਲੇ ਦਿਨ ਸਵੇਰੇ ਜਾ ਕੇ ਫਿਰ ਬਹਿ ਗਿਆ। ਮੈਂ ਫਿਰ ਫੋਨ ਕੀਤਾ ਨੰਬਰ ਲਾਉਣ ਵਾਲੇ ਨੂੰ, ਮੈਂ ਕਿਹਾ ਬੰਦਿਆਂ ਨੂੰ ਸਾਈਨ ਕਰੋ, ਅਗਲੇ ਨੇ 80,000 ਰੁਪਈਆ ਤਾਰਤਾ, ਉਹਦੇ ਕੋਰਟ ਚ ਜਾ ਕੇ ਵਾਪਸ ਵੀ ਲੱਲਾਂਗੇ ਤੇ ਸਜ਼ਾ ਵੀ ਕਰਾਵਾਂਗੇ, ਪਰ ਮੈਨੂੰ ਆਉਣਾ ਪੈਣਾ, ਫਿਰ ਤੁਸੀਂ ਕਹਿਣਾ ਵੀ ਇਹ ਆ ਗਏ ਆ। ਤੇ ਇਸ ਕਰਕੇ ਉਸ ਤੋਂ ਉਹਨੇ ਆਪਣੇ ਫੋਨ ਤੋਂ ਮੇਰੀ ਵੀਡੀਓ ਨਾਲ ਗੱਲ ਕਰਾਈ, ਮੈਂ ਕਿਹਾ ਵੀ ਫੋਨ ਕੱਟੀ ਨਾ, ਮੈਂ ਘਰੋਂ ਤੁਰ ਪਿਆ, ਇੱਕ ਮਿੰਟ ਚ ਆ ਗਿਆ। ਫਿਰ ਬੜੀ ਜ਼ਬਰਦਸਤੀ ਦੇ ਨਾਲ ਇਹਦੇ ਸਾਈਨ ਉਹ ਐਨ ਓ ਸੀ ਦੇ ਕਰਾਏ, ਤੇ ਇਹਦੇ ਕਾਗਜ਼ ਵੀ ਬਹਾਲ ਰਹਿ ਗਏ ਆ, ਤੇ ਸਿੰਘੋਵਾਲ ਦਾ ਵੀ ਰਿਜ਼ਲਟ ਤੁਹਾਡੇ ਸਾਹਮਣੇ ਆਜੂਗਾ ਇਲੈਕਸ਼ਨ ਦੇ ਵਿੱਚ। ਆ ਦੇਖੋ ਇਹ ਇਹਨੂੰ ਦੂਜੇ ਰੋਕ ਕਰਨਾ ਹੀ ਯਾਰ, ਲਿਖਿਆ ਕੀ ਆ 16 ਨੰਬਰ ਤੇ ਨੀਲੇ ਪੈਨ ਦੇ ਨਾਲ ਹਰੇ ਨਾਲ, ਇੱਥੇ ਫੋਟੋ ਕਾਪੀ ਆ ਸਿੰਘੋਵਾਲ, ਆ ਦੇਖੋ ਸਰਵਣ ਸਿੰਘ, 78,928 ਰੁਪਈਏ ਕੈਸ਼ ਇਨ ਹੈਂਡ, ਆ ਲਓ ਇਹ ਔਨ ਦੀ ਸਪੋਰਟ, ਕੋਈ ਕੈਸ਼ ਬੁੱਕ ਕੁਛ ਨੀ, ਪੈਨਾਂ ਦਵਾ ਦਵਾ ਲਿਖ ਕੇ ਤੇ ਉੱਠ ਕੇ ਚਲ ਗਿਆ, ਕੈਸ਼ ਦੇ ਇਨ ਹੈਂਡ ਆ ਤੇਰੇ।
ਆ ਮਤਲਬ ਕਰਤੂਤਾਂ ਇਸ BDPO ਨੇ ਕੀਤੀਆਂ, ਔਰ 80,000 ਰੁਪਈਆ ਜਿਹੜਾ ਉਹਨੇ ਤਾਰ ਕੇ ਕਾਗਜ਼ ਬਹਾਲ ਹੋਇਆ ਤੇ ਸਰਪੰਚ ਬਣ ਕੇ ਆਉਣਾ ਇਹਨੇ। ਸੋ ਇਸ ਕਰਕੇ ਮੇਰੇ ਅਨੇਕਾਂ ਇਹੋ ਜਿਹੇ ਸਰਪੰਚ ਨੇ ਜਿਨ੍ਹਾਂ ਨੇ 5 ਸਾਲ ਲੋਕਾਂ ਦੀ ਸੇਵਾ ਕੀਤੀ ਆ, ਔਰ ਉਹ ਅੱਜ ਵੀ ਲੋਕ ਇਹਨਾਂ ਦੇ ਨਾਲ ਖੜੇ ਸੀ, ਇਹਨਾਂ ਨੂੰ ਤਕਲੀਫ ਹੋਈ। ਆ ਜਿੰਨੇ ਮੈਂ ਨਾਂ ਲਏ ਆ, ਸਰਬਜੀਤ ਹੱਲਾ, ਗੁਲਡੀ ਭੁਕਰਾ, ਲੱਖੋਵਾਲ ਤੋਂ ਮਹਿੰਦਰਪਾਲ ਕਾਲਾ, ਆਪਣੇ ਤੁੰਗਾਂ ਵਾਲੇ ਆ, ਫਿਰ ਹਸਨਪੁਰ ਲੱਗ ਸਾਰੇ ਪਿੰਡ ਸਾਰੇ ਜਿੱਤਣ ਵਾਲੇ ਰਿਜੈਕਟ ਕਰਾਏ ਆ। ਜੌੜੇ ਤੋਂ ਲਾਡੀ, ਪੂਰੋਵਾ ਰਾਈਆਂ, ਜੋਈਆਂ, ਜੋਈਆਂ ਚ ਇੱਕ ਵੀ ਮੈਂਬਰ ਕਿਸੇ ਦਾ ਨਹੀਂ ਜਿੱਤਾ, ਸਾਰੇ ਮੈਂਬਰ ਤੇ ਪੰਚਾਇਤ ਜਿਹੜੀ ਆ ਉਹ ਸਾਡੀ ਜਿੱਤੀ। ਇਹ ਇਲੈਕਸ਼ਨ ਤੋਂ ਬਾਅਦ ਵੀ ਮੈਚ ਪਾ ਲਏ, ਮੇਰਾ ਚੈਲੰਜ ਆ ਇਹ ਜਿਹੜੇ 10 ਪਿੰਡ ਵੀ ਆ ਲਾਈ ਦਾ ਜੇ ਡੱਬੇ ਰੱਖ ਕੇ ਵੇਖ ਲਾ, ਮੈਂ ਡੱਬੇ ਰਖਾ ਕੇ ਮੇਰੇ ਨਾਲ ਵੇਖ ਲਏ ਜਿੱਥੇ ਮਰਜ਼ੀ ਆ ਸਾਰੇ ਪਿੰਡ, ਤਾਂ ਹੀ ਤੇ ਰੱਦ ਕਰਾਏ ਆ। ਸੋ ਮੇਰਾ ਮੇਰੇ ਅੱਜ ਮਕਸਦ ਇਹ ਸੀਗਾ ਕਹਿਣ ਦਾ ਕਿ ਇੱਕ ਤੇ ਜੋ ਆਰਵਾ ਨੇ ਕੀਤਾ ਉਹ ਤੇ ਚਲੋ ਮੈਂ ਵੇਖਾਂਗਾ ਆਰਵਾ ਨੂੰ ਵੀ ਕੀ ਕਰਨਾ ਇਹਨਾਂ ਨਾਲ। ਦੂਜੀ ਗੱਲ ਇਹ ਜਿਹੜਾ BDPO ਆ, ਜਿੱਦਣ ਸਾਡੀ ਦਿਸ਼ਾ ਕਮੇਟੀ ਦੀ ਮੀਟਿੰਗ ਸੀ ਰੰਧਾਵਾ ਸਾਹਿਬ ਨੇ ਰੱਖੀ, ਪ੍ਰੋਟੋਕਾਲ ਦੇ ਵਿੱਚ ਲਿਖਿਆ ਸੀਗਾ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਿਹੜੇ ਆ ਉਹ MP ਨੂੰ ਰਿਸੀਵ ਕਰਨਗੇ ਤੇ ਸੀ ਆਫ ਕਰਨਗੇ। ਨਾ ਤੇ ਉਹਨਾਂ ਨੇ ਰਿਸੀਵ ਕਰਨ ਦੀ ਜਹਿਮਤ ਕੀਤੀ ਤੇ ਨਾ ਸੀ ਆਫ ਕਰਨ ਦੀ ਜਹਿਮਤ ਕੀਤੀ। ਔਰ ਉਸ ਤੋਂ ਬਾਅਦ ਦਿਸ਼ਾ ਕਮੇਟੀ ਦੇ ਵਿੱਚ ਮੈਂ DC ਸਾਹਿਬ ਦੇ ਧਿਆਨ ਚ ਲਿਆਂਦਾ ਔਰ ਇਹ ਕਾਪੀਆਂ ਦਿੱਤੀਆਂ ਜਿਹਦੇ ਚ ਬੜਾ ਕਲੀਅਰ ਕੱਟ 13/6/2023 ਪਿਛਲੇ ਸਾਲ ਦੇ ਜੂਨ ਮਹੀਨੇ ਦੀ, ਇਹਦੇ ਚ ਥੱਲੇ ਵਾਲੀਆਂ ਆਹ ਲਾਈਨਾਂ ਮੈਂ ਤੁਹਾਨੂੰ ਪੜ੍ਹਾ ਦਿੰਦਾ। ਪੂਰੀ ADC ਸਾਹਿਬ ਨੇ, ਇਹਨਾਂ ਦੇ ADC ਸਾਹਿਬ ਨੇ ਮੁੱਖ ਵਿੱਤ ਕਮਿਸ਼ਨ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਆ 13/6 ਦੀ ਪਿਛਲੇ ਸਾਲ ਦੀ, ਔਰ ਇਹ ਚ ਕਲੀਅਰਲੀ ਲਿਖਿਆ, ਉਤਲਾ ਰਹਿਣ ਦੇਣਾ, ਇਸ ਲਈ ਸ੍ਰੀ ਬਲਜੀਤ ਸਿੰਘ SCPO ਕੰਮ ਪ੍ਰਬੰਧਕ ਗ੍ਰਾਮ ਪੰਚਾਇਤ ਲੋਧੀ ਨੰਗਲ ਮੌਜੂਦਾ ਤੈਨਾਤੀ BDPO ਗੁਰਦਾਸਪੁਰ ਵਿਰੁੱਧ ਗ੍ਰਾਮ ਪੰਚਾਇਤ ਲੋਧੀ ਨੰਗਲ ਦੇ ਉਕਤ ਸਮਾਨ ਨਾ ਜਮ੍ਹਾਂ ਕਰਾਉਣ ਅਤੇ 9,12,464 ਰੁਪਏ ਦੇ ਗਬਨ ਦੇ ਦੋਸ਼ ਤਹਿਤ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਤੁਸੀਂ ਮੈਨੂੰ ਦੱਸੋ ਕਿ KDC ਵਿੱਤ ਕਮਿਸ਼ਨਰ ਨੂੰ ਲਿਖ ਰਿਹਾ, ਮੈਂ ਤਾਂ ਨਹੀਂ ਲਿਖ ਰਿਹਾ, ਇਹਨਾਂ ਦੀ ਸਰਕਾਰ ਲਿਖ ਰਹੀ ਆ ਜਿਹੜੇ ਜ਼ੀਰੋ ਟੋਲਰੈਂਸ ਵਾਲੀ ਆ ਭਗਵੰਤ ਮਾਨ ਦੀ ਸਰਕਾਰ। ਭਗਵੰਤ ਮਾਨ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਜ਼ੀਰੋ ਟੋਲਰੈਂਸ ਇਸ ਚੀਜ਼ ਦੀ ਤੇ ਨਹੀਂ ਵੀ ਜਿਹੜਾ ਵੱਧ ਕਰਪਸ਼ਨ ਕਰੇਗਾ ਉਨੀ ਟੋਲਰੈਂਸ ਸਾਡੀ ਵਧੇਗੀ, ਮੈਨੂੰ ਤੇ ਉਹੀ ਜੱਚਦਾ। ਔਰ ਇਹ ਮੈਂ CM ਸਾਹਿਬ ਨੂੰ 3 ਵਾਰੀ ਉਹਨਾਂ ਦੀ ਕੁਰਸੀ ਤੇ ਜਾ ਕੇ ਦੇ ਕੇ ਆਇਆ ਵਿਧਾਨ ਸਭਾ ਚ, ਸਾਰੇ ਉਹ ਸਾਰਿਆਂ ਨੂੰ ਪਤਾ ਵੀ ਉੱਠ ਕੇ ਉਹਨਾਂ ਨੂੰ ਮਿਲਣ ਗਿਆ, ਵਿਧਾਨ ਸਭਾ ਚ ਗੱਲ ਰੱਖੀ, ਪੰਚਾਇਤ ਕਮੇਟੀ ਚ ਗੱਲ ਰੱਖੀ, ਔਰ ਉਸ ਤੋਂ ਬਾਅਦ ਇਹ ਫਿਰ ਅਫਸਰ ਨਹੀਂ ਇੱਥੋਂ ਰੁਕਿਆ, ਥੋੜੇ ਦਿਨ ਦੀ ਬਦਲੀ ਹੋ ਗਈ। ਔਰ ਜਦੋਂ ਨਵੇਂ ਕੋਈ BDPO ਸਾਹਿਬ ਆਏ ਉਹਨਾਂ ਨੇ ਜਦੋਂ ਆਣ ਕੇ ਇੱਥੇ ਚਾਰਜ ਲਿਆ ਤੇ ਉਹਨਾਂ ਨੇ ਦੋਵਾਂ ਦਿਨਾਂ 'ਚ ਵੇਖਿਆ ਵੀ ਇੱਥੇ ਤੇ ਖਰਾਬ ਹੀ ਬੜਾ ਕੰਮ। ਮਾਨਯੋਗ ਵਧੀਕ ਮੁੱਖ ਸਕੱਤਰ ਪੇਂਡੂ ਵਿਕਾਸ ਜੀ ਨੂੰ ਚਿੱਠੀ ਉਹਨਾਂ ਨੇ ਲਿਖੀ ਜਿਹੜੀ ਕਿ 1/8/2024 ਦੀ ਆ, ਉਹ ਲਿਖੀ ਇਹਦੇ ਖਿਲਾਫ ਕਿ ਇਹ ਸਾਰੀ ਉਪਰੋਕਤ ਸਥਿਤੀ ਤੋਂ ਸਪਸ਼ਟ ਹੁੰਦਾ ਹੈ ਕਿ ਉਪਰੋਕਤ ਸਕੀਮ ਤਹਿਤ ਪ੍ਰਾਪਤ ਹੋਈ ਕੁੱਲ ਰਕਮ ਰਕਮ ਸੁਣ ਕੇ ਡਰਨਾ ਜਾਇਓ, 4,22,10,911 ਰੁਪਈਏ ਨੂੰ ਖਰਚ ਕਰਨ ਸਮੇਂ ਕੋਈ ਤਕਨੀਕੀ ਪ੍ਰਵਾਨਗੀ ਨਹੀਂ ਲਈ ਗਈ, ਗ੍ਰਾਂਟ ਨੂੰ ਖਰਚ ਕਰਨ ਸਮੇਂ ਕੋਈ ਟੈਂਡਰ ਕਾਲ ਨਹੀਂ ਕੀਤਾ ਗਿਆ, ਕੋਈ ਕੋਟੇਸ਼ਨਾਂ ਨਹੀਂ ਲਈਆਂ ਗਈਆਂ, ਕੋਈ ਬਿੱਲ ਵੋਚਰ ਕੈਸ਼ ਬੁੱਕ ਜਾਂ MB ਬੁੱਕ ਨਾ ਹੀ ਕੋਈ ਕੈਸ਼ ਬੁੱਕ ਪੇਸ਼ ਕੀਤੀ ਗਈ, ਸਗੋਂ ਸਿੱਧੇ ਤੌਰ ਤੇ ਉਸ ਸਮੇਂ ਦੇ SCPO ਚਾਰਜ BDPO ਬਲਜੀਤ ਸਿੰਘ, ਇੱਕ ਉਹਦਾ ਕਮਾਊ ਪੁੱਤ ਅਭਿਸ਼ੇਕ ਸ਼ਰਮਾ ਪੰਚਾਇਤ ਸਕੱਤਰ ਔਰ ਦੂਜਾ ਉਹਦਾ ਕਮਾਊ ਪੁੱਤ ਪਾਹੁਲ ਤੁੱਲੀ ਪੰਚਾਇਤ ਸਕੱਤਰ ਵੱਲੋਂ ਮਿਲੀ ਭੁਗਤ ਕਰਕੇ ਸਿੱਧੇ ਤੌਰ ਤੇ 4,22,10,911 ਰੁਪਏ ਵਿੱਚੋਂ ਭਾਰੀ ਪੱਧਰ ਤੇ ਇਹ ਰਕਮ ਖੁਰਦ ਬੁਰਦ ਕੀਤੀ ਗਈ ਅਤੇ ਖੁਰਦ ਬੁਰਦ ਕਰਕੇ ਸਰਕਾਰ ਦਾ ਵਿੱਤੀ ਨੁਕਸਾਨ ਕੀਤਾ ਗਿਆ ਹੈ।
ਦੱਸੋ ਬਈ ਇਸ ਅਫਸਰ ਤੋਂ ਡੈਲ ਸਾਹਿਬ ਨੂੰ ਬੜਾ ਪਿਆਰ ਆਉਂਦਾ, ਇਹਦਾ ਮਤਲਬ ਹਿੱਸਾ ਜਾਂਦਾ, ਫਿਰ ਮਹੀਨਾ ਜਾਂਦਾ, ਜਿਹੜੀ ਸ਼ੈਲਟਰ ਇਹਨੂੰ ਮਿਲ ਰਹੀ ਆ। ਮੈਂ ਇਹਨਾਂ ਦੇ ਨਾਂ ਨੀ ਲੈਣਾ, ਮੈਂ ਦੋ ਵਾਰ ਮੰਤਰੀਆਂ ਨੂੰ ਮਿਲਿਆ, ਉਹ ਕਹਿੰਦੇ ਯਾਰ ਤੁਹਾਡਾ ਉਹ ਬੰਦਾ ਬੜਾ, ਮੈਂ ਹੁਣ ਲਫ਼ਜ਼ ਨੀ ਬਦਲਣੇ ਜੋ ਇਹਦੇ ਮੰਤਰੀ ਨੇ ਵਰਤਦੇ, ਇਹਨਾਂ ਦੇ ਇਹਦੇ ਮੰਤਰੀ ਕਹਿੰਦੇ ਯਾਰ ਉਹ ਸਾਡੇ ਕੋਲ ਬਹੁਤ ਗਲਤ ਕੰਮ ਕਰਾਉਂਦਾ। ਔਰ ਇਹ ਗਲਤ ਇਹੋ ਹੀ ਹੈ ਵੀ ਸ਼ੈਲਟਰ ਕਹਿੰਦੇ ਉਹ ਦਿੰਦਾ, ਹੁਣ ਅਸੀਂ ਕੀ ਕਰੀਏ। ਮੈਂ ਕਿਹਾ ਜਿੱਦਣ ਜਵਾਬ ਤੁਸੀਂ ਦੇਣਾ ਨਾ ਜਨਤਾ ਨੂੰ, ਉਦਣ ਇਹ ਤੁਹਾਨੂੰ ਦੇਣਾ, ਉਦਾਂ ਇਹ ਥੋੜਾ ਕਹਿਣਾ ਵੀ ਤੁਸੀਂ ਉਹਦੇ ਆਖੇ ਕਰਕੇ ਸ਼ੈਲਟਰ ਕਰ ਰਹੇ ਹੋ, ਤੇ ਕਿੰਨਾ ਚਿਰ ਸ਼ੈਲਟਰ ਕਰੋਗੇ ਜਿਹੜੀ ਕਾਗਜ਼ਾਂ ਤੇ ਕਾਰਵਾਈ ਆ। ਔਰ ਤੀਜਾ ਜਿਹੜਾ ਇਹਦਾ ਕੰਮ ਆ, ਇਹ ਦੋ ਵਾਰੀ ਬਾਹਰਲੇ ਮੁਲਕ ਜਾ ਕੇ ਆਇਆ, ਅਬਰਾਡ ਐਕਸ ਇੰਡੀਆ ਲੀਵ ਲੈ ਕੇ ਜਾਣਾ ਹੁੰਦਾ, ਪਰ ਇਹਨੇ ਕੋਈ ਐਕਸ ਇੰਡੀਆ ਲੀਵ ਨਹੀਂ ਲਈ, ਦੋਨੋਂ ਵਾਰੀ ਇਹ ਬਾਹਰ ਗਿਆ, ਹੁਣ ਰਿਕਾਰਡ ਆਏ। ਪੰਚਾਇਤ ਕਮੇਟੀ ਦੇ ਵਿੱਚ ਇਹਨੂੰ ਜਦੋਂ ਬੁਲਾਇਆ ਗਿਆ BDPO ਨੂੰ, ਤੇ ਪੰਚਾਇਤ ਕਮੇਟੀ ਦੇ ਚੇਅਰਮੈਨ ਤੇ ਸਮੁੱਚੀ ਵਿਧਾਨ ਸਭਾ ਦੀ ਕਮੇਟੀ ਗਿਣੀ ਜਾਂਦੀ ਆ, ਉਹਦੇ ਵਿੱਚ ਇਹਨੂੰ ਪੁੱਛਿਆ ਗਿਆ ਕਿ ਤੁਸੀਂ ਬਾਹਰ ਫਲਾਣੀ ਫਲਾਣੀ ਤਰੀਕ ਨੂੰ ਗਏ ਹੋ, ਇਹ ਕਹਿੰਦਾ ਜੀ ਮੈਂ ਨਹੀਂ ਗਿਆ। ਦੂਜੀ ਵਾਰ ਪੁੱਛਿਆ ਵੀ ਆਹ ਤਰੀਕ ਤੇ ਗਏ, ਕਹਿੰਦਾ ਜੀ ਮੈਂ ਨਹੀਂ ਗਿਆ। ਉਹ ਕਮੇਟੀ ਨੇ ਇਹਦੇ ਕੋਲ ਪਾਸਪੋਰਟ ਕਿਹਾ ਵੀ ਜਮ੍ਹਾਂ ਕਰਾਓ, ਅਜੇ ਤੱਕ ਇਹਨੇ ਪਾਸਪੋਰਟ ਜਮ੍ਹਾਂ ਨਹੀਂ ਕਰਾਇਆ, ਕਿਉਂਕਿ ਉਦੋਂ ਬਾਅਦ ਸਾਡੀਆਂ ਕਮੇਟੀਆਂ ਭੰਗ ਹੋਈਆਂ, ਨਵਾਂ ਸਾਲ ਚੜ ਗਿਆ। ਉਹ ਵੀ ਮੈਂ ਹੁਣ ਜਿਹੜਾ ਨਵੇਂ ਸਿਰ ਤੋਂ ਚੀਫ ਮਿਨਿਸਟਰ ਸਾਹਿਬ ਨੂੰ ਇੱਕ ਵਾਰੀ ਚਾਹੁੰਦਾ ਕਿ ਅਖੀਰਲੀ ਵਾਰੀ ਫੇਰ ਆਪਣੇ ਇਹਨਾਂ ਦੇ ਜਿਹੜਾ ਚੇਤਾ BDO ਆ ਸਰਕਾਰ ਦਾ, ਉਹ ਮੈਂ ਜ਼ਰੂਰ ਚੀਫ ਮਿਨਿਸਟਰ ਨੂੰ ਮਿਲ ਕੇ ਦਊਂਗਾ ਵੀ ਇਹੋ ਜਿਹੇ ਬੰਦੇ ਨੂੰ ਸ਼ੈਲਟਰ। ਔਰ ਈਵਨ ਮੈਂ ਇਹਦੇ ਸੰਬੰਧ ਚ ਕੇਜਰੀਵਾਲ ਸਾਹਿਬ, ਇਹਨਾਂ ਦੇ ਸੁਪਰੀਮੋ, ਔਰ ਇਹਨਾਂ ਦੇ ਜਿਹੜੇ ਕੀ ਨਾਂ ਉਹਨਾਂ ਦਾ, ਮਨਦੀਪ ਪਾਠਕ ਜੀ, ਸਾਰਿਆਂ ਨੂੰ ਇਹ ਚਿੱਠੀ ਲਿਖੂੰਗਾ ਕਿ ਥੋੜਾ ਜਿਹਾ ਸਲੋਗਨ ਚੇਂਜ ਕਰ ਲਓ ਬੱਸਾਂ ਤੇ ਪੋਲਾਂ ਤੇ ਜਿਹੜਾ ਲਾਇਆ ਜ਼ੀਰੋ ਟੋਲਰੈਂਸ ਕਰਪਸ਼ਨ, ਉੱਥੇ ਲਿਖੋ ਵੀ ਜਿਹੜਾ ਵੱਧ ਕਰਪਸ਼ਨ ਕਰੂਗਾ ਉਨੀ ਸਾਡੀ ਜਿਹੜੀ ਹੈ ਸਹਿਣਸ਼ੀਲਤਾ ਵਧੇਗੀ, ਉਨੀ ਟੋਲਰੈਂਸ ਵਧੇਗੀ। ਸੋ ਇਹ ਇਸ BDP ਦੇ ਕਾਰਨਾਮੇ ਆ। ਤੇ ਦੂਜੀ ਗੱਲ ਰਹਿ ਗਈ ਜਿਹੜੇ ROs ਨੇ ਜੋ ਕੀਤਾ, ਉਹ ਅਸੀਂ ਕੋਈ ਰੋਣ ਰਾਣ ਵਾਲਿਆਂ ਚੋਂ ਬੰਦੇ ਨਹੀਂ, ਨਾ ਮੇਰਾ ਕੋਈ ਸਰਪੰਚ ਮੈਂਬਰ ਰੋਂਦਾ ਵੀ ਹਾਏ ਹੋਏ ਸਾਡੇ ਕਾਗਜ਼ ਰੱਦ ਹੋ ਗਏ, ਅਸੀਂ ਲੜੀ ਲੜਾਈ ਮਰਦਾਂ ਵਾਲੀ, ਅਸੀਂ ਬੁਜਤਲਾਂ ਵਾਲੀ ਲੜਾਈ ਨਾ ਕਦੀ ਲੜੀ ਆ ਤੇ ਨਾ ਕਦੀ ਲੜਨੀ ਆ। ਔਰ ਪੂਰਾ ਠੋਕ ਵਜਾ ਕੇ ਇਸ ਇਲੈਕਸ਼ਨ ਚ ਓਪਨ ਚੈਲੰਜ ਸੀ ਵੀ ਜਿਹੜੀ ਮਰਜ਼ੀ ਪੰਚਾਇਤ ਚ। ਹੁਣ ਮੈਂ ਤੁਹਾਡੇ ਮਾਧਿਅਮ ਰਾਹੀਂ ਇਸ ਬੋਕਰ ਵਾਲੇ ਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਤੇ ਕਹਿੰਦਾ ਸੀ ਕਿ ਕਿਤੇ ਕਾਗਜ਼ ਹੀ ਨਹੀਂ ਭਰੇ ਜਾ ਰਹੇ, ਉਹ ਰਿਕਾਰਡ ਮੇਰੇ ਕੋਲ ਵੀ ਆ ਤੇ ਉੱਥੇ ROs ਕੋਲ ਜਮ੍ਹਾਂ ਵੀ ਆ, ਜਿੰਨੇ ਨਾਂ ਲਓਗੇ ਚਾਰ ਚਾਰ ਪੰਜ ਪੰਜ ਸਰਪੰਚ ਜਿਨ੍ਹਾਂ ਨੇ ਕਾਗਜ਼ ਭਰੇ, ਮੈਂਬਰਾਂ ਨੇ ਭਰੇ। ਔਰ ਇਹਦੇ ਹਾਲਾਤ ਇਹ ਨੇ ਕਿ ਇਹਦੇ ਕੋਲ ਮੈਂਬਰ ਜਿਹੜੇ ਆ ਉਹ ਪੂਰੇ ਵੀ ਨਹੀਂ ਕੀਤੇ ਗਏ। ਕਿੰਨੇ ਪਿੰਡਾਂ ਦੇ ਤੁਹਾਨੂੰ ਮੈਂ ਐਗਜ਼ਾਮਪਲ ਦੇ, ਇੱਦਾਂ ਦੇ ਨੇਕਾਂ ਪਿੰਡ ਆ ਜਿਹੜੇ ਮੇਰੇ ਪਿੰਡ ਬਚ ਗਏ ਉੱਥੇ ਟੌਰ ਨਾਲ ਜਿੱਤਾਂਗੇ, ਤੇ ਜਿਹੜੇ ਪਿੰਡ ਨੇ ਰਿਜੈਕਟ ਕਰਾਇਆ ਉੱਥੇ ਪ੍ਰਮਾਤਮਾ ਮਿਹਰ ਕਰੇ ਪੂਰਨ ਬਹੁਮਤ ਜਿਹੜੇ ਮੈਂਬਰ ਪੰਚਾਇਤ ਆ ਵੱਧ ਜਿਤਾ ਕੇ ਲਿਆਵਾਂਗੇ, ਔਰ ਕਈਆਂ ਚ ਤੇ ਜਿੱਤ ਵੀ ਗਏ ਆ। ਸੋ ਇਸ ਕਰਕੇ ਇਸ ਬੰਦੇ ਨੇ ਇਹ ਕੀਤਾ। ਬਾਕੀ ਮੈਂ DC ਸਾਹਿਬ ਦਾ ਖਾਸ ਤੌਰ ਤੇ ਧੰਨਵਾਦ ਕਰਦਾ, ਜਿਹੜਾ ਕਿ ਜਿਹਨਾਂ ਨੂੰ ਉਦਣ ਇਹ ਲੱਗਦਾ ਸੀਗਾ, ਲੋਕਾਂ ਨੂੰ ਵੀ ਇਹ ਲੱਗਿਆ ਕਿ MLA ਬਰਿੰਦਰ ਪਾੜਾ ਨੇ ਉੱਥੇ ਬਹੁਤ ਬੋਲਿਆ, ਰੰਧਾਵਾ ਸਾਹਿਬ ਬੋਲੇ। ਔਰ ਤੁਸੀਂ ਨੋਟ ਕੀਤਾ ਹੋਊਗਾ ਕਿ ਜਦੋਂ ਮੀਡੀਆ ਦੇ ਨਾਲ DC ਸਾਹਿਬ ਨੇ ਗੱਲ ਕੀਤੀ ਔਰ ਉੱਥੇ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਮੈਨੂੰ ਕੋਈ ਡਰ ਨਹੀਂ, ਉਹ ਵੀ ਬਿਆਨ ਜਿਹੜਾ ਉਹ ਜੋ ਸ਼ਿਕਾਇਤ ਪ੍ਰਿਵਿਲੇਜ ਰੰਧਾਵਾ ਸਾਹਿਬ ਨੇ ਕੀਤੇ ਉਹਨਾਂ ਨੇ ਨਾਲ ਲਾਇਆ। ਔਰ ਈਵਨ ਤੁਸੀਂ ਨੋਟ ਕਰੋਗੇ ਉਸ ਬਾਈਟ ਦੇ ਵਿੱਚ ਉਹਨਾਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਭਾਸ਼ਾ ਵਰਤੀ ਆ, ਕਹਿੰਦੇ ਕਿ ਇਹ ਮੇਰੇ ਵੱਲੋਂ ਉਹਨਾਂ ਨੇ ਕਿਹਾ ਕਿ ਇਹ ਜਿਹੜਾ MLA ਆ, ਉਹ ਨੋਟ ਆ ਮੇਰੇ ਕੋਲ, ਉਹ ਵੀ ਹੈਗੀ ਆ ਕਿ ਇਹਨੂੰ ਇਹਦੇ ਨਾਲਦਿਆਂ ਨੇ ਵੀ ਕਿਹਾ, ਇਹ ਡਿਪਟੀ ਕਮਿਸ਼ਨ ਦੀ ਪਰਿਭਾਸ਼ਾ ਹੋਣੀ ਚਾਹੀਦੀ ਆ। ਲੋਕ ਅਕਸਰ ਲੀਡਰਾਂ ਨੂੰ ਕਹਿੰਦੇ ਆ ਯਾਰ, ਲੀਡਰ ਤੇ ਲੋਕਾਂ ਦੇ ਨੁਮਾਇੰਦੇ ਆ, ਲੋਕਾਂ ਲਈ ਲੜਦੇ ਆ ਮਰਦੇ ਆ, ਤੇ ਫਿਰ ਜਦੋਂ ਇਹੋ ਜਿਹੇ ਡਿਪਟੀ ਕਮਿਸ਼ਨਰ ਕੋਲ ਚਾਰ ਚਾਰ ਵਾਰੀ ਤੁਸੀਂ ਜਾਓ, ਇਕੱਲੇ ਇਕੱਲੇ ਦਫ਼ਤਰ 'ਚ ਜਾਓ, ਤੇ ਅਲਟੀਮੇਟਲੀ ਐਂਡ ਦੇ ਵਿੱਚ ਫਿਰ ਜਿਹੜਾ ਪਬਲਿਕ ਦਾ ਨੁਮਾਇੰਦਾ ਉਹ ਬੋਲੂਗਾ ਹੀ, ਉਹ ਹਾਈਪਰ ਵੀ ਹੋਏਗਾ ਤੇ ਬੋਲੇਗਾ ਵੀ। ਤੇ ਡਿਪਟੀ ਕਮਿਸ਼ਨਰ ਸਾਹਿਬ ਕੋਲ ਜਦੋਂ ਜਾਓ
ਹੋ ਗਿਆ ਜੀ, ਚਾਹ ਪੀਓ ਤੁਸੀਂ ਬਸ। ਮਤਲਬ ਚਾਹ ਪਿਆਉਣ ਵਾਲੇ ਡੀਸੀ ਸਾਹਿਬ ਨੇ ਸਾਡੇ, ਔਰ ਜਿਹੜੀ ਪਰਿਭਾਸ਼ਾ ਵਰਤਦੇ ਨੇ, ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਥੋੜਾ ਜਿਹਾ ਜੇ ਅੱਜ ਵੀ ਸਿਸਟਮ ਚੱਲ ਰਿਹਾ, ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਪੋਲੀਟੀਕਲ ਬੰਦੇ ਮਾੜੇ ਨੇ, ਕੁਛ ਚੰਗੇ ਬੰਦੇ ਪੋਲੀਟੀਕਲ ਸਿਸਟਮ 'ਚ ਬੈਠੇ ਆ ਤਾਂ ਪੋਲੀਟੀਕਲ ਸਿਸਟਮ ਚੱਲ ਰਿਹਾ। ਜਦੋਂ ਪੋਲੀਟੀਕਲ ਸਿਸਟਮ ਲੈਪਸ ਹੋ ਗਿਆ ਤੇ ਪੋਲੀਟੀਕਲ ਚੰਗੇ ਬੰਦੇ ਆਉਣੇ ਬੰਦ ਹੋ ਗਏ, ਇਹ ਅਫਸਰਾਂ ਨੇ ਪੁੱਛਣਾ ਨਹੀਂ ਕਿਸੇ ਨੂੰ। ਅੱਜ ਦੇ ਤੁਸੀਂ, ਅਸੀਂ ਪੋਲੀਟੀਕਲ ਬੰਦੇ ਆ, ਅਸੀਂ ਜਵਾਬ ਦੇ ਆ, ਅਸੀਂ ਲੋਕਾਂ ਨੂੰ ਜਵਾਬ ਦੇ ਆ, ਕਿਉਂਕਿ ਅਸੀਂ ਕਦੀ ਸਾਲ ਬਾਅਦ ਇਲੈਕਸ਼ਨ ਆ ਗਈ, ਕਦੀ 2 ਸਾਲ ਬਾਅਦ ਆ ਗਈ, 5 ਸਾਲ ਬਾਅਦ MLA ਦੀ ਤੇ MP ਦੀ ਇਲੈਕਸ਼ਨ ਆ ਜਾਂਦੀ ਆ। ਵੀ ਆਰ ਫੁੱਲੀ ਅਕਾਊਂਟੇਬਲ ਟੂ ਦਾ ਪਬਲਿਕ, ਔਰ ਇਹ ਜਿਹੜੇ ਪਬਲਿਕ ਸਰਵੈਂਟ ਨੇ ਜਿੰਨੇ ਵੀ ਆਫਿਸਰ, ਦੇ ਆਰ ਨੋਟ ਅਕਾਊਂਟੇਬਲ ਟੂ ਦਾ ਪਬਲਿਕ। ਇਹਨਾਂ ਨੂੰ ਪਤਾ ਕਿ ਅਸੀਂ ਕਿਹੜੀ ਵੋਟ ਲੈਣ ਜਾਣਾ। ਸੋ ਮੈਂ ਲੋਕਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਬਹੁਤੇ ਇਹਨਾਂ ਅਫਸਰਾਂ ਦੇ ਚੇਤੇ ਨਾ ਬਣਿਆ ਕਰੋ, ਇਹ ਬਹੁਤੇ ਜਿਹੜੇ ਅਫਸਰ ਹੁੰਦੇ ਆ ਨਾ, ਜਿਹੜੇ ਉਹ ਜੋ ਜਿਸਕੇ ਰਾਜ ਉਸਕੇ ਪੂਤ। ਪਰ ਮੈਂ ਇਹ ਪਹਿਲੀ ਵਾਰੀ ਦੇਖਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਇੰਨੇ ਵੀਕ ਆ ਕਿ ਜਿਨ੍ਹਾਂ ਨੇ ਮਤਲਬ ਬਿਲਕੁਲ ਹੀ ਉਸ ਚੇਅਰ ਦੀ ਮਰਿਆਦਾ ਨੂੰ ਹੀ ਖਤਮ ਕਰਤਾ। ਸੋਰੀ, ਆਈ ਐਮ ਸੋਰੀ ਟੂ ਸੇ ਕਿ ਉਸ ਚੇਅਰ ਦੀ ਜਿਹੜੀ ਮਰਿਆਦਾ ਆ ਉਹਨੂੰ ਇਹਨਾਂ ਨੇ ਖਤਮ ਕੀਤਾ। ਬਾਕੀ ਜੇ ਕਿਸੇ ਨੂੰ ਇਹ ਲੱਗਿਆ ਪਬਲਿਕ ਨੂੰ ਕਿ ਮੈਂ ਉੱਚੀ ਬੋਲਿਆ, ਮੈਂ ਇਸ ਤੋਂ ਵੀ ਉੱਚੀ ਬੋਲੂੰਗਾ ਜੇ ਧੱਕਾ ਹੋਏਗਾ, ਇਹ ਤੋਂ ਵੀ ਉੱਚੀ ਬੋਲੂੰਗਾ ਜੇ ਮੇਰੇ ਲੋਕਾਂ ਲਈ ਮੈਨੂੰ ਬੋਲਣਾ ਪਿਆ। ਮੈਨੂੰ ਕਿਸੇ ਦੀ ਇਸ ਗੱਲ ਦੀ ਕੋਈ ਚਿੰਤਾ ਨਹੀਂ, ਕਿਉਂਕਿ ਮੈਂ ਪਬਲਿਕ ਦਾ ਨੁਮਾਇੰਦਾ, ਪਬਲਿਕ 'ਚ ਜਾਣਾ, ਪਬਲਿਕ ਲਈ ਵੋਟਾਂ ਮੰਗਣੀਆਂ। ਸੋ ਮੇਰਾ ਅਖੀਰ ਦੇ ਵਿੱਚ ਮੈਂ ਖਾਸ ਤੌਰ ਤੇ, ਮੈਂ ਬਹੁਤਾ ਨਾਂ ਲੈ ਕੇ ਨਾ ਹੀ ਧੰਨਵਾਦ ਕਰਾਂ, ਕਿਉਂਕਿ ਇਸ ਸਰਕਾਰ ਦਾ ਕੀ ਪਤਾ ਵਾ ਵੀ ਉਹਨਾਂ ਦੇ ਗਾਜ ਛੁੱਟ ਦੇ। ਮੈਂ ਤੇ ਸਮੁੱਚੀ ਪੰਜਾਬ ਪੁਲਿਸ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰੀ ਡਿਸਟ੍ਰਿਕਟ ਦੇ ਵਿੱਚ ਬੜੇ ਹੀ ਸੁਚੱਜੇ ਢੰਗ ਦੇ ਨਾਲ, ਜੇ ਸਾਡੇ ਬੰਦਿਆਂ ਗਲਤੀਆਂ ਕੀਤੀਆਂ ਉਹਨਾਂ ਨੂੰ ਵੀ ਡਾਂਗਾ ਫੇਰੀਆਂ, ਜੇ ਝਾੜੂ ਵਾਲਿਆਂ ਨੇ ਗਲਤੀਆਂ ਕੀਤੀਆਂ ਉਹਨਾਂ ਨੂੰ ਵੀ ਡਾਂਗਾ ਫੇਰੀਆਂ। ਤੁਸੀਂ ਵੇਖਿਆ ਮੇਰੇ ਬੰਦਿਆਂ ਵੀ ਮੈਨੂੰ ਫੋਨ ਕੀਤਾ ਵੀ ਬੜੀ ਡਾਂਗ ਫਿਰੀ ਆ, ਮੈਂ ਤੁਸੀਂ ਉੱਥੇ ਉਹ ਹਜੂਮ ਇਕੱਠਾ ਕੀਤਾ ਹੋਊਗਾ ਤੇ ਫਿਰਨੀ ਆ, ਹਾਰ ਥੋੜੇ ਪੈਣੇ ਆ, ਏਦਾਂ ਹੀ ਵਿੱਚੋਂ ਸ਼ਰਾਰਤੀ ਲੜਾਈ ਕਰਾ ਦਿੰਦੇ ਤੇ ਸਿਆਪਾ ਪੁਲਿਸ ਦਾ ਪੈ ਜਾਂਦਾ। ਉਹ ਵਿਚਾਰੇ ਮੇਰੇ ਹਿਸਾਬ ਨਾਲ ਰਾਤ ਵੀ ਨਹੀਂ ਸੁੱਤੇ, ਮੈਂ ਅਨਾਊਂਸ ਕੀਤਾ ਵੀ ਡੀਸੀ ਦੇ ਘਰ ਜਾ ਕੇ ਕਰਨਾ ਕੰਮ, ਤੇ ਉਹ ਰਾਤ ਵੀ ਵਿਚਾਰੇ ਫਾਹੇ ਲੱਗੇ ਰਹੇ। ਸੋ ਇਸ ਕਰਕੇ ਮੈਂ ਪੁਲਿਸ ਦਾ ਖਾਸ ਤੌਰ ਤੇ ਤੁਹਾਡੇ ਮਾਧਿਅਮ ਰਾਹੀਂ ਧੰਨਵਾਦ ਕਰਨਾ ਚਾਹੁੰਦਾ ਕਿ ਅਜੇ ਸਿਸਟਮ 'ਚ ਚੰਗੇ ਅਫਸਰ, ਚੰਗੇ ਬੰਦੇ ਵੀ ਹੈਗੇ ਆ, ਇਸੇ ਤਰ੍ਹਾਂ ਪੋਲੀਟੀਕਲ ਸਿਸਟਮ 'ਚ ਵੀ ਚੰਗੇ ਬੰਦੇ ਹੈਗੇ ਆ। ਇਹ 'ਚ ਕੋਈ ਗੱਲ ਨਹੀਂ ਕਿ ਮੇਰੇ ਬੰਦਿਆਂ ਨੂੰ ਡਾਂਗ ਫਿਰੀ ਆ ਜਾਂ ਝਾੜੂਦਿਆਂ ਨੂੰ ਫਿਰੀ ਆ, ਜਿਹੜਾ ਬੈਡ ਐਲੀਮੈਂਟ ਆ ਉਹਨੂੰ ਡਾਂਗ ਫਿਰਨੀ ਚਾਹੀਦੀ ਹੈ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਏ। ਸੋ ਮੈਂ ਉਹਨਾਂ ਦਾ ਵੀ ਧੰਨਵਾਦ, ਔਰ ਜੇਕਰ ਤੁਹਾਨੂੰ ਕੋਈ ਸਵਾਲ ਹੋ ਮੇਰੇ ਤੋਂ ਪੁੱਛਣਾ, ਉਹ ਤੁਸੀਂ ਪੁੱਛ ਸਕਦੇ ਹੋ। ਸਰਦਾਰ ਵਰਿੰਦਰ ਮੀਤਪਾੜਾ, ਆਮ ਪਾਰਟੀ, ਪੰਜਾਬ ਸਰਕਾਰ, ਜਿਹੜੀ ਨੋਮੀਨੇਸ਼ਨ ਰੱਦ ਹੋਈ ਹੈ ਇਹਦੇ ਲਈ ਅਗਲਾ ਸਟੈਪ ਕੀ ਹੈ? ਨੋਮੀਨੇਸ਼ਨ ਲਈ ਹੁਣ ਮੈਂ ਵਕੀਲਾਂ ਨਾਲ ਸਲਾਹ ਕਰਨ ਲੱਗਾ, ਕਿਉਂਕਿ ਉਹੋ ਹੀ ਸਾਈਨਾਂ ਦੇ ਨਾਲ ਕਈ ਫਾਈਲਾਂ ਅਸੈਪਟ ਹੋ ਰਹੀਆਂ, ਉਹੋ ਹੀ ਸਾਈਨਾਂ ਦੇ ਨਾਲ ਉਹ ਰਿਜੈਕਟ ਹੋ ਰਹੀਆਂ, ਐਂਡ ਦੇਰ ਇਜ਼ ਨੋ ਐਨੀ ਅਦਰ ਆਬਜੈਕਸ਼ਨ ਕਿ ਆ ਫਲਾਣੇ ਆਬਜੈਕਸ਼ਨ ਨਾਲ ਜਿਹੜਾ ਕੈਂਸਲ ਹੋ ਰਿਹਾ। ਕੋਈ ਇਹੋ ਜਿਹਾ ਆਬਜੈਕਸ਼ਨ ਨਹੀਂ, ਸਿੱਧਾ ਚੁੱਲ੍ਹਾ ਟੈਕਸ ਯਾਰ, ਇੱਕ ਚੁੱਲ੍ਹੇ ਟੈਕਸ ਕਰਕੇ ਤੁਸੀਂ ਬੰਦੇ ਨੂੰ ਇਲੈਕਸ਼ਨ ਤੋਂ ਫਾਈਲ ਆਤਾ, ਪੰਜ ਪੰਜ ਫਾਈਲਾਂ ਨੂੰ ਰਿਜੈਕਟ ਕਰਤਾ, ਇੱਕ ਵੀ ਨਹੀਂ। ਮੈਂ ਇਸੇ ਕਰਕੇ ਪੰਜ ਪੰਜ ਭਰੀਆਂ ਸੀਗੀਆਂ, ਇਹ ਕਹਿੰਦੇ ਇੱਕ ਨਹੀਂ ਲੱਭਦਾ ਮੇਰੇ ਕੋਲ, ਤੇ ਮਤਲਬ ਇੱਥੇ 10-10 ਬੰਦਿਆਂ ਦੀ ਲਾਈਨ ਲੱਗੀ, ਹੱਥ ਜੋੜ ਕੇ ਪੰਜ ਪੰਜ ਕਰਾਏ ਆ। ਸੋ ਹਾਂਜੀ ਬਿਲਕੁਲ, ਓਬਵੀਅਸਲੀ ਵਕੀਲਾਂ ਨਾਲ ਸਲਾਹ ਕਰਕੇ ਇਹਦੇ ਖਿਲਾਫ ਹੋਣੇ ਹੀ, ਇਹਦਾ ਪ੍ਰਸ਼ਾਸਨ ਕੋ ਕਾਹਦੀ ਉਮੀਦ ਆ? ਜੇ ਜਿਹਨੂੰ ਕਹਿੰਦੇ ਡੀਸੀ ਜ਼ਿਲ੍ਹੇ ਦੀ ਮਾਂ ਹੁੰਦੀ, ਮਾਂ ਹੀ ਮਰ ਗਈ ਸਾਡੇ ਜ਼ਿਲ੍ਹੇ ਦੀ, ਤੇ ਮੈਂ ਉਹਨਾਂ ਤੋਂ ਕੀ ਆਸ ਲੱਭਣਾ? ਸੋ ਇਸ ਕਰਕੇ ਇਹ ਜਿਹੜੀਆਂ ਗੱਲਾਂ ਨੇ ਇਹ ਹੁਣ ਡਿਸਕਸ ਕਰਕੇ ਤੇ ਮੈਂ ਅਗਲਾ ਸਟੈਪ ਲਊਂਗਾ। ਬਾਕੀ ਆਉਣ ਵਾਲੇ ਸਮੇਂ 'ਚ ਜਿਹੜੀ ਗੱਲ ਆ ਰਹਿ ਗਈ ਆ ਸਰਪੰਚੀਆਂ ਸਰਪੰਚਾਂ ਵਾਲੀ, ਵੇਖੋ ਸਾਲ ਇੱਕ ਆ, ਜਿਹੜੇ ਬਹੁਤੇ ਚਾ ਚੂ ਦੇ ਨਾਲ ਰਿਜੈਕਟ ਕਰਾ ਕੇ ਬਣੇ ਆ, ਸਾਲ ਇੱਕ ਆ, ਹਿਸਾਬ ਬੋਕਰ ਵਾਲੇ ਨੇ ਨਹੀਂ ਦੇਣਾ। ਆ ਗਾੜੀ ਤੀਲੇ ਜਿਹੜੇ ਨਵੇਂ ਪਿੰਡਾਂ 'ਚ ਬਣਨੇ ਆ, ਤੀਲੇ ਜਿਹੜੇ ਉਹ ਖਿਲਰਨੇ ਆ। ਸੋ ਇਸ ਕਰਕੇ ਤਗੜੇ ਹੋ ਕੇ ਇਲੈਕਸ਼ਨ ਇਹਨਾਂ ਨੂੰ ਕੋਈ ਸਰਪੰਚੀ ਸਾਲ ਕਰ ਲੈਣ, ਮੁੜ ਕੇ ਤੀਲੇ ਵੇਖੋ ਕਿੱਦਾਂ ਖਿਲਰਦੇ ਆ। ਆਰਓ ਇੱਕ ਖਾਸ ਕਰਕੇ ਜਿਹੜੀ ਗੱਲ, ਜਿਹੜੇ ਆਰਓਆਂ ਨੇ ਇਹ ਗਲਤ ਰਿਜੈਕਸ਼ਨਾਂ ਕੀਤੀਆਂ,
ਉਹਦਾ ਉਹਨਾਂ ਨੂੰ ਹਿਸਾਬ ਦੇਣਾ ਹੀ ਪੈਣਾ। ਮੈਂ ਇਹ ਤੋਂ ਵੱਧ ਕਹਿਣਾ ਕੁਛ ਨਹੀਂ, ਫਿਰ ਇਹਨਾਂ ਕਹਿਣਾ ਕਿ ਪਾੜਾ ਦਬਕੇ ਮਾਰਦਾ, ਮੈਂ ਦਬਕਾ ਨਹੀਂ ਮਾਰਦਾ, ਪਰ ਲੀਗਲੀ ਜੋ ਇਹਨਾਂ ਨੇ ਕੀਤਾ ਉਹ ਇਹਨਾਂ ਨੂੰ ਭੁਗਤਣਾ ਪਊ, ਤੇ ਜੋ ਇਹਨਾਂ ਬੀਜਿਆ ਉਹ ਇਹਨਾਂ ਨੂੰ ਵੱਢਣਾ ਪਊ। ਭਾਵੇਂ ਮੇਰੇ ਰਿਸ਼ਤੇਦਾਰ ਇਹ ਮੇਰੇ ਮੱਥੇ ਲਾ ਦੇਣ ਕੱਲ ਨੂੰ, ਤੇ ਭਾਵੇਂ ਮੇਰੇ ਲੀਡਰ ਮੱਥੇ ਲਾ ਦੇਣ, ਮੈਂ ਜ਼ਬਾਨ ਦਾ ਬੜਾ ਪੱਕਾ ਵਾਂ, ਜੋ ਬੀਜਿਆ ਵੱਢਣਾ ਪਊ। ਧੰਨਵਾਦ ਜੀ। ਅੱਜ ਦੀ ਜੋ ਇਹ ਪ੍ਰੈਸ ਕਾਨਫਰੰਸ ਹੈ,